ਮਲਕਾਣਾ ਪਿੰਡ ਹੈ ਮੇਰਾ, ਤਹਿਸੀਲ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ। ਬਾਈ ਅਸੀਂ ਕੱਲ੍ਹ ਦੇ ਇੱਥੇ ਪਹੁੰਚੇ ਹੋਏ ਹਾਂਗੇ, ਬਹੁਤ ਬੁਰਾ ਹਾਲ ਆ। ਥਰੂ ਗੈਸ ਸਿੱਟੀ ਜਾਂਦੇ ਵੀ ਗੋਲੇ ਸਿੱਟਦੇ ਆ, ਵੱਡੇ ਵੱਡੇ ਪੰਪ ਸਿੱਟੀ ਜਾਂਦੇ ਆ, ਉਹਦੇ ਵਿੱਚ ਹੀ ਬਾਈ ਕਿਸੇ ਨੇ ਪੱਕੀ ਗੋਲੀ ਸਿੱਟੀ ਹੈਗੀ, ਪੱਕੀ ਗੋਲੀ ਮੁੰਡੇ ਦੇ ਇੱਥੇ ਲੱਗੇ। ਸਾਨੂੰ 5-7 ਮਿੰਟ ਪਤਾ ਨਹੀਂ ਲੱਗਾ, ਕਈ ਬੰਦੇ ਹੋਰ ਸੀ ਜਿਨ੍ਹਾਂ ਨੇ ਹੋਰ ਦੱਬਾ ਦੱਬੀ ਕਰਨ, ਬਾਬੇ ਵਰਗਿਆਂ ਉੱਤੋਂ ਛਾਤੀ ਦੱਬੀ ਵੀ ਦੌਰਾ ਪੈ ਗਿਆ ਕਿਤੇ ਗਰਮੀ ਕਾਰਨ, ਅਤੇ ਸਾਨੂੰ 5 ਮਿੰਟਾਂ ਬਾਅਦ ਪਤਾ ਲੱਗਿਆ ਜੋ ਖੂਨ ਪਾਸੇ ਡੁੱਲਣ ਲੱਗਾ। ਐਡੀ ਮੋਰੀ ਕੱਢਤੀ ਵੀ, ਤੁਹਾਨੂੰ ਵੀਡੀਓ ਵੀ ਸੈਂਡ ਕਰ ਦਿੰਦਾ ਗਾ ਮੁੰਡੇ ਦੀ। ਜੀ, ਹੋਰ ਵੀ ਨੌਜਵਾਨ ਜ਼ਖਮੀ ਹੋਏ ਨੇ? ਵੀ 3-4 ਮੁੰਡੇ ਜ਼ਖਮੀ ਹੋਏ, ਕਿਤੇ ਪੱਟ 'ਚ ਗੋਲੀ ਲੱਗੀ, ਉਹਦੀ ਵੀ ਡੈਥ ਹੋ ਗਈ। ਇਹ ਕੀ ਹੋ ਗਿਆ? 2 ਹੋ ਗਏ, 2-3 ਮੁੰਡਿਆਂ ਨੂੰ ਚੱਕ ਕੇ ਲੈ ਗਏ ਲੱਤ, ਤੇ 4-5 ਮੁੰਡੇ ਉਧਰ ਚੱਕ ਕੇ ਲੈ ਗਏ ਬਾਈ। ਹੁਣ ਵੀ ਬਹੁਤ ਬੁਰਾ ਹਾਲ ਆ ਬਈ, ਕੋਈ ਪ੍ਰਬੰਧ ਨਹੀਂ। ਆਪਣੇ ਜਿਹੜੇ ਮੇਨ ਜਥੇਬੰਦੀਆਂ ਦੇ ਮੇਨ ਆਗੂ ਹੈ, ਉਹ ਵੀ ਮਾੜਾ ਮੋਟਾ ਆ ਕੇ ਇੱਥੇ ਸਹਿਯੋਗ ਦੇਣ, ਉਹ ਵੀ ਨਾਲ ਖੜਨ, ਦੱਸਣ ਬੰਦਿਆਂ ਨੂੰ ਵੀ ਕਿਹੜੇ ਪਾਸੇ ਆਪਾਂ ਜਾਣਾ ਕਿਤੇ ਨਹੀਂ ਜਾਣਾ। ਬਹੁਤ ਬੁਰਾ ਹਾਲ ਆ ਬਾਈ। ਕੁੱਲ 2 ਮੌਤਾਂ ਹੋਈਆਂ ਨੇ ਹੁਣ? ਹਾਂ, 2 ਮੌਤਾਂ ਹੋਊਗਾ ਭਰਾ। ਜਸਵਿੰਦਰ ਸਿੰਘ, ਮਲਕਾਣਾ ਪਿੰਡ ਹੈ ਮੇਰਾ, ਤਹਿਸੀਲ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ। ਬਾਈ ਅਸੀਂ ਕੱਲ੍ਹ ਦੇ ਇੱਥੇ ਪਹੁੰਚੇ ਹੋਏ ਹਾਂਗੇ, ਬਹੁਤ ਬੁਰਾ ਹਾਲ ਆ। ਥਰੂ ਗੈਸ ਸਿੱਟੀ ਜਾਂਦੇ ਵੀ ਗੋਲੇ ਸਿੱਟਦੇ ਆ, ਵੱਡੇ ਵੱਡੇ ਬੰਬ ਸਿੱਟੀ ਜਾਂਦੇ ਆ, ਉਹਦੇ ਵਿੱਚ ਹੀ ਬਾਈ ਕਿਸੇ ਨੇ ਪੱਕੀ ਗੋਲੀ ਸਿੱਟੀ ਹੈਗੀ, ਪੱਕੀ ਗੋਲੀ ਮੁੰਡੇ ਦੇ ਇੱਥੇ ਲੱਗੇ। ਸਾਨੂੰ 5-7 ਮਿੰਟ ਪਤਾ ਨਹੀਂ ਲੱਗਾ, ਕਈ ਬੰਦੇ ਹੋਰ ਸੀ ਜਿਨ੍ਹਾਂ ਨੇ ਹੋਰ ਦੱਬਾ ਦੱਬੀ ਕਰਨ, ਬਾਬੇ ਵਰਗਿਆਂ ਉੱਤੋਂ ਛਾਤੀ ਦੱਬੀ ਵੀ ਦੌਰਾ ਪੈ ਗਿਆ ਕਿਤੇ ਗਰਮੀ ਕਾਰਨ, ਅਤੇ ਸਾਨੂੰ 5 ਮਿੰਟਾਂ ਬਾਅਦ ਪਤਾ ਲੱਗਿਆ ਜੋ ਖੂਨ ਪਾਸੇ ਡੁੱਲਣ ਲੱਗਾ। ਐਡੀ ਮੋਰੀ ਕੱਢਤੀ ਵੀ, ਤੁਹਾਨੂੰ ਵੀਡੀਓ ਵੀ ਸੈਂਡ ਕਰ ਦਿੰਦਾ ਗਾ ਮੁੰਡੇ ਦੀ। ਜੀ, ਹੋਰ ਵੀ ਨੌਜਵਾਨ ਜ਼ਖਮੀ ਹੋਏ ਨੇ? ਵੀ 3-4 ਮੁੰਡੇ ਜ਼ਖਮੀ ਹੋਏ, ਕਿਤੇ ਪੱਟ 'ਚ ਗੋਲੀ ਲੱਗੀ, ਉਹਦੀ ਵੀ ਡੈਥ ਹੋ ਗਈ। ਇਹ ਕੀ ਹੋ ਗਿਆ? 2 ਹੋ ਗਏ, 2-3 ਮੁੰਡਿਆਂ ਨੂੰ ਚੱਕ ਕੇ ਲੈ ਗਏ ਲੱਤ, ਚੱਕ ਕੇ ਲੈ ਗਏ 4-5 ਮੁੰਡੇ ਉਧਰ ਚੱਕ ਕੇ ਲੈ ਗਏ ਬਾਈ। ਹੁਣ ਵੀ ਬਹੁਤ ਬੁਰਾ ਹਾਲ ਆ ਬਈ, ਕੋਈ ਪ੍ਰਬੰਧ ਨਹੀਂ। ਆਪਣੇ ਜਿਹੜੇ ਮੇਨ ਜਥੇਬੰਦੀਆਂ ਦੇ ਮੇਨ ਆਗੂ ਹੈ, ਉਹ ਵੀ ਮਾੜਾ ਮੋਟਾ ਆ ਕੇ ਇੱਥੇ ਸਹਿਯੋਗ ਦੇਣ, ਉਹ ਵੀ ਨਾਲ ਖੜਨ, ਦੱਸਣ ਬੰਦਿਆਂ ਨੂੰ ਵੀ ਕਿਹੜੇ ਪਾਸੇ ਆਪਾਂ ਜਾਣਾ ਕਿਤੇ ਨਹੀਂ ਜਾਣਾ। ਬਹੁਤ ਬੁਰਾ ਹਾਲ ਆ ਬਾਈ। ਕੁੱਲ 2 ਮੌਤਾਂ ਹੋਈਆਂ ਨੇ ਹੁਣ? ਹਾਂ, 2 ਮੌਤਾਂ ਹੋਊਗਾ ਭਰਾ। ਜਸਵਿੰਦਰ ਸਿੰਘ, ਮਲਕਾਣਾ ਪਿੰਡ ਹੈ ਮੇਰਾ, ਤਹਿਸੀਲ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ। ਬਾਈ ਅਸੀਂ ਕੱਲ੍ਹ ਦੇ ਇੱਥੇ ਪਹੁੰਚੇ ਹੋਏ ਹਾਂਗੇ, ਬਹੁਤ ਬੁਰਾ ਹਾਲ ਆ। ਥਰੂ ਗੈਸ ਸਿੱਟੀ ਜਾਂਦੇ ਵੀ ਗੋਲੇ ਸਿੱਟਦੇ ਆ, ਵੱਡੇ ਵੱਡੇ ਬੰਬ ਸਿੱਟੀ ਜਾਂਦੇ ਆ, ਉਹਦੇ ਵਿੱਚ ਹੀ ਬਾਈ ਕਿਸੇ ਨੇ ਪੱਕੀ ਗੋਲੀ ਸਿੱਟੀ ਹੈਗੀ, ਪੱਕੀ ਗੋਲੀ ਮੁੰਡੇ ਦੇ ਇੱਥੇ ਲੱਗੇ। ਸਾਨੂੰ 5-7 ਮਿੰਟ ਪਤਾ ਨਹੀਂ ਲੱਗਾ, ਕਈ ਬੰਦੇ ਹੋਰ ਸੀ ਜਿਨ੍ਹਾਂ ਨੇ ਹੋਰ ਦੱਬਾ ਦੱਬੀ ਕਰਨ, ਬਾਬੇ ਵਰਗਿਆਂ ਉੱਤੋਂ ਛਾਤੀ ਦੱਬੀ ਵੀ ਦੌਰਾ ਪੈ ਗਿਆ ਕਿਤੇ ਗਰਮੀ ਕਾਰਨ, ਅਤੇ ਸਾਨੂੰ 5 ਮਿੰਟਾਂ ਬਾਅਦ ਪਤਾ ਲੱਗਿਆ ਜੋ ਖੂਨ ਪਾਸੇ ਡੁੱਲਣ ਲੱਗਾ। ਐਡੀ ਮੋਰੀ ਕੱਢਤੀ ਵੀ, ਤੁਹਾਨੂੰ ਵੀਡੀਓ ਵੀ ਸੈਂਡ ਕਰ ਦਿੰਦਾ ਗਾ ਮੁੰਡੇ ਦੀ। ਜੀ, ਹੋਰ ਵੀ ਨੌਜਵਾਨ ਜ਼ਖਮੀ ਹੋਏ ਨੇ? ਵੀ 3-4 ਮੁੰਡੇ ਜ਼ਖਮੀ ਹੋਏ, ਕਿਤੇ ਪੱਟ 'ਚ ਗੋਲੀ ਲੱਗੀ, ਉਹਦੀ ਵੀ ਡੈਥ ਹੋ ਗਈ। ਇਹ ਕੀ ਹੋ ਗਿਆ? 2 ਹੋ ਗਏ, 2-3 ਮੁੰਡਿਆਂ ਨੂੰ ਚੱਕ ਕੇ ਲੈ ਗਏ ਲੱਤ, ਚੱਕ ਕੇ ਲੈ ਗਏ 4-5 ਮੁੰਡੇ ਉਧਰ ਚੱਕ ਕੇ ਲੈ ਗਏ ਬਾਈ। ਹੁਣ ਵੀ ਬਹੁਤ ਬੁਰਾ ਹਾਲ ਆ ਬਈ, ਕੋਈ ਪ੍ਰਬੰਧ ਨਹੀਂ। ਆਪਣੇ ਜਿਹੜੇ ਮੇਨ ਜਥੇਬੰਦੀਆਂ ਦੇ ਮੇਨ ਆਗੂ ਹੈ, ਉਹ ਵੀ ਮਾੜਾ ਮੋਟਾ ਆ ਕੇ ਇੱਥੇ ਸਹਿਯੋਗ ਦੇਣ, ਉਹ ਵੀ ਨਾਲ ਖੜਨ, ਦੱਸਣ ਬੰਦਿਆਂ ਨੂੰ ਵੀ ਕਿਹੜੇ ਪਾਸੇ ਆਪਾਂ ਜਾਣਾ ਕਿਤੇ ਨਹੀਂ ਜਾਣਾ। ਬਹੁਤ ਬੁਰਾ ਹਾਲ ਆ ਬਾਈ। ਕੁੱਲ 2 ਮੌਤਾਂ ਹੋਈਆਂ ਨੇ ਹੁਣ? ਹਾਂ, 2 ਮੌਤਾਂ ਹੋਊਗਾ ਭਰਾ। ਜਸਵਿੰਦਰ ਸਿੰਘ, ਮਲਕਾਣਾ ਪਿੰਡ ਹੈ ਮੇਰਾ, ਤਹਿਸੀਲ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ। ਬਾਈ ਅਸੀਂ ਕੱਲ੍ਹ ਦੇ ਇੱਥੇ ਪਹੁੰਚੇ ਹੋਏ ਹਾਂਗੇ, ਬਹੁਤ ਬੁਰਾ ਹਾਲ ਆ। ਥਰੂ ਗੈਸ ਸਿੱਟੀ ਜਾਂਦੇ ਵੀ ਗੋਲੇ ਸਿੱਟਦੇ ਆ, ਵੱਡੇ ਵੱਡੇ ਬੰਬ ਸਿੱਟੀ ਜਾਂਦੇ ਆ, ਉਹਦੇ ਵਿੱਚ ਹੀ ਬਾਈ ਕਿਸੇ ਨੇ ਪੱਕੀ ਗੋਲੀ ਸਿੱਟੀ ਹੈਗੀ, ਪੱਕੀ ਗੋਲੀ ਮੁੰਡੇ ਦੇ ਇੱਥੇ ਲੱਗੇ। ਸਾਨੂੰ 5-7 ਮਿੰਟ ਪਤਾ ਨਹੀਂ ਲੱਗਾ, ਕਈ ਬੰਦੇ ਹੋਰ ਸੀ ਜਿਨ੍ਹਾਂ ਨੇ ਹੋਰ ਦੱਬਾ ਦੱਬੀ ਕਰਨ, ਬਾਬੇ ਵਰਗਿਆਂ ਉੱਤੋਂ ਛਾਤੀ ਦੱਬੀ ਵੀ ਦੌਰਾ ਪੈ ਗਿਆ ਕਿਤੇ ਗਰਮੀ ਕਾਰਨ, ਅਤੇ ਸਾਨੂੰ 5 ਮਿੰਟਾਂ ਬਾਅਦ ਪਤਾ ਲੱਗਿਆ ਜੋ ਖੂਨ ਪਾਸੇ ਡੁੱਲਣ ਲੱਗਾ। ਐਡੀ ਮੋਰੀ ਕੱਢਤੀ ਵੀ, ਤੁਹਾਨੂੰ ਵੀਡੀਓ ਵੀ ਸੈਂਡ ਕਰ ਦਿੰਦਾ ਗਾ ਮੁੰਡੇ ਦੀ। ਜੀ, ਹੋਰ ਵੀ ਨੌਜਵਾਨ ਜ਼ਖਮੀ ਹੋਏ ਨੇ? ਵੀ 3-4 ਮੁੰਡੇ ਜ਼ਖਮੀ ਹੋਏ, ਕਿਤੇ ਪੱਟ 'ਚ ਗੋਲੀ ਲੱਗੀ, ਉਹਦੀ ਵੀ ਡੈਥ ਹੋ ਗਈ। ਇਹ ਕੀ ਹੋ ਗਿਆ? 2 ਹੋ ਗਏ, 2-3 ਮੁੰਡਿਆਂ ਨੂੰ ਚੱਕ ਕੇ ਲੈ ਗਏ ਲੱਤ, ਚੱਕ ਕੇ ਲੈ ਗਏ 4-5 ਮੁੰਡੇ ਉਧਰ ਚੱਕ ਕੇ ਲੈ ਗਏ ਬਾਈ। ਹੁਣ ਵੀ ਬਹੁਤ ਬੁਰਾ ਹਾਲ ਆ ਬਈ, ਕੋਈ ਪ੍ਰਬੰਧ ਨਹੀਂ। ਆਪਣੇ ਜਿਹੜੇ ਮੇਨ ਜਥੇਬੰਦੀਆਂ ਦੇ ਮੇਨ ਆਗੂ ਹੈ, ਉਹ ਵੀ ਮਾੜਾ ਮੋਟਾ ਆ ਕੇ ਇੱਥੇ ਸਹਿਯੋਗ ਦੇਣ, ਉਹ ਵੀ ਨਾਲ ਖੜਨ, ਦੱਸਣ ਬੰਦਿਆਂ ਨੂੰ ਵੀ ਕਿਹੜੇ ਪਾਸੇ ਆਪਾਂ ਜਾਣਾ ਕਿਤੇ ਨਹੀਂ ਜਾਣਾ। ਬਹੁਤ ਬੁਰਾ ਹਾਲ ਆ ਬਾਈ। ਕੁੱਲ 2 ਮੌਤਾਂ ਹੋਈਆਂ ਨੇ ਹੁਣ? ਹਾਂ, 2 ਮੌਤਾਂ ਹੋਊਗਾ ਭਰਾ।